ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ। ਪੰਜਾਬੀ ਸਿਨੇਮੇ ਦੇ ਵਿੱਚ ਬਹੁਤ ਸਾਰੀਆਂ ਕਾਮੇਡੀ ਫਿਲਮਸ ਆਈਆਂ ਨੇ, ਸੋਸ਼ਲ ਕੌਜ਼ ਦੇ ਉੱਪਰ ਫਿਲਮਸ ਆਈਆਂ ਨੇ, ਹਾਕੀ ਦੇ ਉੱਪਰ ਫਿਲਮ ਆਈ ਹੈ ਅਤੇ ਐਕਸ਼ਨ ਫਿਲਮਸ ਵੀ ਆਈਆਂ ਨੇ। ਬਟ ਹੁਣ ਜਿਸ ਫਿਲਮ ਦੀ ਜਾਣਕਾਰੀ ਮੈਂ ਤੁਹਾਨੂੰ ਦੇਣ ਜਾ ਰਹੀ ਹਾਂ ਉਹ ਸਾਡੀ ਜ਼ਿੰਦਗੀ ਦੇ ਉੱਪਰ ਹੈ। ਅਸੀਂ ਸਭ ਮਾਂ ਬਿਨਾਂ ਅਧੂਰੇ ਹਾਂ ਅਤੇ ਹੁਣ ਇੱਕ ਐਸੀ ਫਿਲਮ ਆ ਰਹੀ ਹੈ ਜੋ ਮਾਂ ਉੱਪਰ ਬਣੀ ਹੈ ਅਤੇ ਜਿਹਦਾ ਟਾਈਟਲ ਹੈ ਮਾਂ। ਹੰਬਲ ਮੋਸ਼ਨ ਪਿਕਚਰਸ ਨੇ ਹਾਲ ਹੀ ਦੇ ਵਿੱਚ ਇਸ ਦੀ ਅਨਾਊਂਸਮੈਂਟ ਕੀਤੀ ਹੈ ਅਤੇ ਦੱਸਿਆ ਹੈ ਕਿ ਮਾਂ ਫਿਲਮ 6 ਮਈ 2022 ਨੂੰ, ਯਾਨੀ ਕਿ ਮਦਰਸ ਡੇ ਦੇ ਉੱਪਰ ਰਿਲੀਜ਼ ਕੀਤੀ ਜਾਵੇਗੀ। ਅਤੇ ਇਸ ਫਿਲਮ ਦੇ ਵਿੱਚ ਮੁੱਖ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਬੱਬਲ ਰਾਏ, ਗਿੱਪੀ ਗਰੇਵਾਲ, ਦਿਵਿਆ ਦੱਤਾ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਪ੍ਰਿੰਸ ਕਮਲਜੀਤ, ਆਰੂਸ਼ੀ, ਰਘਵੀਰ ਬੋਲੀ, ਵੱਡਾ ਗਰੇਵਾਲ, ਆਸ਼ੀਸ਼ ਦੁੱਗਲ, ਪ੍ਰਕਾਸ਼ ਗਾਦੂ, ਨਿਰਮਲ ਰਿਸ਼ੀ, ਗੁਰਪ੍ਰੀਤ ਪੰਗੂ, ਸਮੀਪ ਰਣੌਤ ਅਤੇ ਹੋਰ ਵੀ ਬਹੁਤ ਜ਼ਿਆਦਾ ਵੱਡੀ ਸਟਾਰ ਕਾਸਟ ਹੈ ਇਸ ਫਿਲਮ ਦੇ ਵਿੱਚ। ਰਾਣਾ ਰਣਬੀਰ ਨੇ ਇਸ ਟੌਪਿਕ ਦੇ ਉੱਪਰ ਫਿਲਮ ਲਿਖੀ ਹੈ। ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਬਲਜੀਤ ਸਿੰਘ ਦੀ। ਉਹ ਇਸ ਕਹਾਣੀ ਦੇ ਵਿੱਚ ਰਾਣਾ ਰਣਬੀਰ ਨੇ ਮਾਂ ਨੂੰ ਕਿਸ ਤਰੀਕੇ ਨਾਲ ਬਿਆਨ ਕੀਤਾ ਹੈ ਇਹ ਜਾਣਨ ਲਈ ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ। ਬਹੁਤ ਸੰਜੀਦਾ ਅਤੇ ਬਹੁਤ ਇੰਪੋਰਟੈਂਟ ਟੌਪਿਕ ਹੈ। ਮਦਰਸ ਡੇ ਦੇ ਉੱਪਰ ਹਰ ਮਾਂ ਨੂੰ ਹੰਬਲ ਮੋਸ਼ਨ ਪਿਕਚਰਸ ਆਪਣੀ ਫਿਲਮ ਮਾਂ ਦੇ ਰਾਹੀਂ ਇੱਕ ਸਰਪ੍ਰਾਈਜ਼ ਦੇਣ ਜਾ ਰਹੀ ਹੈ। ਇਸ ਦੀ ਕਹਾਣੀ ਨੂੰ ਰਾਣਾ ਰਣਬੀਰ ਨੇ ਕਿਸ ਤਰੀਕੇ ਨਾਲ ਪਿਰੋਇਆ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ। ਸੋ 6 ਮਈ 2022 ਨੂੰ ਤੁਸੀਂ ਸਾਰੇ ਆਪਣੀ ਮਦਰਸ ਨੂੰ ਥੀਏਟਰਸ ਦੇ ਵਿੱਚ ਲੈ ਕੇ ਜਾਓ ਅਤੇ ਉਹਨਾਂ ਨੂੰ ਇਹ ਫਿਲਮ ਦੇ ਕੇ ਜ਼ਰੂਰ ਸਰਪ੍ਰਾਈਜ਼ ਗਿਫਟ ਦਿਓ। ਸਾਨੂੰ ਸਭ ਨੂੰ ਇਸ ਸਪੈਸ਼ਲ ਫਿਲਮ ਦਾ ਇੰਤਜ਼ਾਰ ਹੈ। ਇਸ ਫਿਲਮ ਨੂੰ ਹੰਬਲ ਮੋਸ਼ਨ ਪਿਕਚਰਸ ਆਪਣੇ ਬੈਨਰ ਹੇਠਾਂ ਰਿਲੀਜ਼ ਕਰੇਗੀ ਅਤੇ ਗਾਣੇ ਸਾਰੇ ਸਾਗਾ ਮਿਊਜ਼ਿਕ ਦੇ ਲੇਬਲ 'ਤੇ ਆਉਣਗੇ। ਅੱਜ ਲਈ ਇੰਨਾ ਹੀ, ਮੁੜ ਕੇ ਫਿਰ ਮੁਲਾਕਾਤ ਹੋਵੇਗੀ ਅਤੇ ਮਾਂ ਫਿਲਮ ਵੇਖਣਾ ਨਾ ਭੁੱਲਣਾ ਮਦਰਸ ਡੇ ਦੇ ਉੱਪਰ, ਯਾਨੀ ਕਿ 6 ਮਈ 2022 ਨੂੰ।